ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸ਼ ਨਿਊਜ਼। ਅੱਜ ਇੱਕ ਕਿੱਸਾ ਕਹਾਣੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਹਿੰਦੁਸਤਾਨ ਦੇ ਸਭ ਤੋਂ ਸ਼ਾਤਰ ਅਤੇ ਵੱਡੇ ਚੋਰ ਦੇ ਬਾਰੇ, ਜਿਸ ਨੇ ਆਪਣੇ 25 ਸਾਲ ਦੀ ਉਮਰ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਦੌਰਾਨ 1000 ਗੱਡੀਆਂ ਚੋਰੀ ਕੀਤੀਆਂ, 94 ਵਾਰ ਜੇਲ੍ਹ ਗਿਆ ਅਤੇ 127 ਮਾਮਲਿਆਂ 'ਚ ਉਹ ਵਾਂਟਡ ਰਿਹਾ। ਉਸਦੀ ਟੀਮ 'ਚ 80 ਤੋਂ ਲੈ ਕੇ 100 ਬੰਦਾ ਉਸਦੇ ਨਾਲ ਕੰਮ ਕਰਦਾ ਸੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ। ਔਰ ਉਸਨੇ ਫਰਜ਼ੀ ਡਿਗਰੀ ਦੇ ਆਧਾਰ 'ਤੇ 6 ਸਾਲ ਸਰਕਾਰੀ ਨੌਕਰੀ ਕੀਤੀ। ਔਰ ਆਪਣੇ ਛਾਤਰ ਦਿਮਾਗ ਦੇ ਨਾਲ ਹੀ ਉਸਨੇ ਹਰਿਆਣਾ ਦੇ ਹੀ ਇੱਕ ਜੱਜ ਦੀ ਕੁਰਸੀ 'ਤੇ ਬੈਠ ਕੇ ਨਕਲੀ ਜੱਜ ਬਣ ਕੇ 40 ਦਿਨ ਤੱਕ 2470 ਅਪਰਾਧੀਆਂ ਨੂੰ ਜ਼ਮਾਨਤ 'ਤੇ ਰਿਹਾਅ ਵੀ ਕਰ ਗਿਆ ਸੀ। ਇੰਨੇ ਛਾਤਰ ਅਤੇ ਵੱਡੇ ਚੋਰ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿ ਜੁਰਮ ਦੀ ਦੁਨੀਆ 'ਚ ਚੋਰੀ ਦੇ ਇਤਿਹਾਸ 'ਚ ਇਸ ਨੂੰ ਸਭ ਤੋਂ ਵੱਡਾ ਅਤੇ ਛਾਤਰ ਚੋਰ ਮੰਨਿਆ ਜਾਂਦਾ ਹੈ। ਗੱਲਬਾਤ ਕਰਦੇ ਹਾਂ ਇਸ ਛਾਤਰ ਚੋਰ ਬਾਰੇ। ਇਸ ਛਾਤਰ ਚੋਰ ਦਾ ਨਾਂ ਧਨੀ ਰਾਮ ਮਿੱਤਲ। ਧਨੀ ਰਾਮ ਮਿੱਤਲ ਹਰਿਆਣਾ ਦੇ ਭਵਾਨੀ ਜ਼ਿਲ੍ਹੇ ਦਾ ਜੰਮਪਲ ਹੈ। ਉਸਦੇ ਪਰਿਵਾਰ ਕਾਫ਼ੀ ਪੜ੍ਹਿਆ ਲਿਖਿਆ, ਪੜ੍ਹਾਈ ਦੇ ਵਿੱਚ ਵੀ ਕਾਫ਼ੀ ਹੁਸ਼ਿਆਰ ਸੀ। ਧਨੀ ਰਾਮ ਨੇ ਰੋਹਤਕ ਤੋਂ ਗ੍ਰੈਜੂਏਸ਼ਨ ਪਾਸ ਕੀਤੀ, ਜਿਸ ਤੋਂ ਬਾਅਦ ਉਸਨੇ ਨੌਕਰੀ ਦੀ ਤਲਾਸ਼ ਕੀਤੀ, ਪਰ ਕਈ ਜਗ੍ਹਾ 'ਤੇ ਟਰਾਈ ਕਰਨ ਤੋਂ ਬਾਅਦ ਉਸਨੂੰ ਨੌਕਰੀ ਨਹੀਂ ਮਿਲੀ। ਧਨੀ ਰਾਮ ਮਿੱਤਲ ਦਾ ਇੱਕ ਭਾਈ ਪਾਣੀਪਤ 'ਚ ਜੱਜ ਵੀ ਰਿਹਾ, ਪਰ ਧਨੀ ਰਾਮ ਨੂੰ ਕਿਸੇ ਤਰ੍ਹਾਂ ਦੀ ਕੋਈ ਨੌਕਰੀ ਨਾ ਮਿਲੀ ਤਾਂ ਕਾਫ਼ੀ ਥਾਂ 'ਤੇ ਟੱਕਰਾਂ ਖਾਣ ਤੋਂ ਬਾਅਦ ਉਸਨੂੰ ਲੱਗਿਆ ਕਿ ਸਰਕਾਰੀ ਨੌਕਰੀ ਹਾਸਲ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਇਸ ਲਈ ਉਸਨੇ ਕੋਈ ਹੋਰ ਰਾਹ ਅਪਣਾਉਣ ਦਾ ਸੋਚਿਆ। ਧਨੀ ਰਾਮ ਨੇ ਨੌਕਰੀ ਦੀ ਰਾਹ ਛੱਡ ਕੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਸ਼ੁਰੂ ਕੀਤਾ। ਕਈ ਉਹਨੇ ਛੋਟੀਆਂ ਮੋਟੀਆਂ ਚੋਰੀਆਂ ਕੀਤੀਆਂ, ਇਸ ਦੌਰਾਨ ਉਹ ਫੜਿਆ ਵੀ ਗਿਆ। ਸ਼ੁਰੂਆਤ ਉਸਨੇ ਗੱਡੀਆਂ ਚੋਰੀ ਕਰਨ ਤੋਂ ਹੀ ਕੀਤੀਆਂ। ਗੱਡੀਆਂ ਚੋਰੀ ਕਰਕੇ ਉਹ ਵੇਚਦਾ ਸੀ, ਪਰ ਗੱਡੀ ਚੋਰੀ ਦੀ ਜਿਹੜੀ ਵੇਚਣ ਲਈ ਲੋਕ ਕਾਗਜ਼ਾਤ ਮੰਗਦੇ ਸੀ, ਪਰ ਕਾਗਜ਼ਾਤ ਨਾ ਹੋਣ ਕਰਕੇ ਉਹ ਕਈ ਵਾਰ ਫੜਿਆ ਗਿਆ। ਤਾਂ ਉਸਨੇ ਸੋਚਿਆ ਕਿ ਕਿਵੇਂ ਨਾ ਕਿਵੇਂ ਚੋਰੀ ਦੀਆਂ ਗੱਡੀਆਂ ਨੂੰ ਵੇਚਣ ਲਈ ਕੋਈ ਹੋਰ ਨਵਾਂ ਤਰੀਕਾ ਵੀ ਅਪਣਾਇਆ ਜਾਵੇ, ਹੋਰ ਹਾਈਟੈਕ ਬਣਾਇਆ ਜਾਵੇ। ਇਸ ਤੋਂ ਬਾਅਦ ਉਹ RTO ਦਫ਼ਤਰ ਦੇ ਚੱਕਰ ਲਾਉਣ ਲੱਗਿਆ। ਉੱਥੋਂ ਦੇ ਕਰਮਚਾਰੀਆਂ ਨਾਲ ਉਸਨੇ ਲਿਹਾਜ਼ ਪਾ ਲਈ। ਉੱਥੋਂ ਦੇ ਦਲਾਲ ਸੀ ਜਿਹੜੇ, ਉਹਨੇ ਦੇਖਿਆ ਕਿ ਹਰ ਰੋਜ਼ ਸੈਂਕੜਿਆਂ ਲੋਕ ਦਫ਼ਤਰਾਂ ਦੇ ਚੱਕਰ ਕੱਟਦੇ ਆ, ਲਾਇਸੈਂਸ ਨਹੀਂ ਕਿਸੇ ਨੂੰ ਮਿਲ ਰਿਹਾ, ਕਿਸੇ ਨੂੰ ਸਰਕਾਰੀ ਕਾਗਜ਼ਾਤ ਨਹੀਂ ਮਿਲ ਰਿਹਾ, ਤਾਂ ਇਸ ਲਈ ਉਸਨੇ ਦੇਖਿਆ ਕਿ ਦਲਾਲ ਹੈ, ਕੁਛ ਪੈਸੇ ਲੈ ਕੇ ਆ ਜਿਹੜੇ, ਉਹ ਵੀ ਕਾਗਜ਼ਾਤ ਤਿਆਰ ਕਰਵਾ ਦਿੰਦੇ ਆ। ਤਾਂ ਉਸਨੇ ਵੀ ਇਹੀ ਰਾਹ ਅਪਣਾਇਆ ਅਤੇ ਉਸਨੇ ਫਰਜ਼ੀ ਹੈ ਜਿਹੜੇ ਕਾਗਜ਼ਾਤ, ਨਕਲੀ ਕਾਗਜ਼ਾਤ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ। ਰੋਹਤਕ ਦੇ ਵਿੱਚ RTO ਫਰਜ਼ੀਵਾੜੇ ਦਾ ਕੰਮ ਸ਼ੁਰੂ ਕੀਤਾ, ਤਾਂ ਉਸਨੇ ਕਈ ਗੱਡੀਆਂ ਚੋਰੀ ਕੀਤੀਆਂ ਅਤੇ ਨਕਲੀ ਕਾਗਜ਼ ਤਿਆਰ ਕਰਕੇ ਉਹ ਗੱਡੀਆਂ ਨੂੰ ਅੱਗੇ ਵੇਚ ਦਿੰਦਾ ਸੀ। 1964 ਤੋਂ ਲੈ ਕੇ 1968 ਤੱਕ ਧਨੀ ਰਾਮ ਮਿੱਤਲ ਨੇ ਕਈ ਗੱਡੀਆਂ ਚੋਰੀ ਕੀਤੀਆਂ ਅਤੇ ਚੋਰੀ ਦੀਆਂ ਗੱਡੀਆਂ ਦੇ ਨਕਲੀ ਕਾਗਜ਼ਾਤ ਤਿਆਰ ਕਰਕੇ ਵੇਚੀਆਂ ਵੀ। ਫਿਰ ਉਸਨੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਹਾਈਟੈਕ ਕਰਨ ਦੀ ਹੋਰ ਕੋਸ਼ਿਸ਼ ਕੀਤੀ। ਉਸਨੇ ਫਰਜ਼ੀ ਡਿਗਰੀਆਂ ਬਣਾਉਣ ਦਾ ਵੀ ਕੰਮ ਸ਼ੁਰੂ ਕੀਤਾ ਅਤੇ ਫਰਜ਼ੀ ਡਿਗਰੀਆਂ ਕਈਆਂ ਨੂੰ ਬਣਾ ਕੇ ਵੀ ਦਿੱਤੀਆਂ, ਅਤੇ ਉਸਨੇ ਖੁਦ ਵੀ ਇੱਕ ਡਿਗਰੀ ਬਣਾਈ, ਜਿਸ ਦੇ ਆਧਾਰ 'ਤੇ ਉਹਨੇ ਰੇਲਵੇ ਦੇ ਵਿੱਚ ਵੀ ਨੌਕਰੀ ਹਾਸਲ ਕੀਤੀ। ਰੇਲਵੇ ਦੇ ਵਿੱਚ ਉਸਨੇ 6 ਸਾਲ ਤੱਕ ਸਟੇਸ਼ਨ ਮਾਸਟਰ ਦੀ ਨੌਕਰੀ ਕੀਤੀ, ਪਰ ਉਸਦਾ ਉੱਥੇ ਦਿਲ ਨਹੀਂ ਲੱਗਿਆ। ਉਸਨੇ ਸੋਚਿਆ ਕਿ ਕੁਝ ਹੋਰ ਕਰਨਾ ਚਾਹੀਦਾ, ਹੋਰ ਪੈਸਾ ਕਮਾਉਣਾ ਚਾਹੀਦਾ। ਤਾਂ 1974 ਦੇ ਵਿੱਚ ਉਹ ਸਟੇਸ਼ਨ ਮਾਸਟਰ ਦੀ ਨੌਕਰੀ ਛੱਡ ਕੇ ਵਾਪਸ ਆ ਗਿਆ। ਫਿਰ ਉਸਨੇ ਫਿਰ ਉਹੀ ਆਪਣਾ ਪੁਰਾਣਾ ਕਿੱਤਾ, ਚੋਰੀਆਂ ਦਾ ਜਿਹੜਾ ਫਿਰ ਸਿਲਸਿਲਾ ਸ਼ੁਰੂ ਕੀਤਾ। ਕਈ ਗੱਡੀਆਂ ਚੋਰੀ ਕੀਤੀਆਂ ਅਤੇ ਫਿਰ ਉਹ ਫੜਿਆ ਗਿਆ ਅਤੇ ਜੇਲ੍ਹ ਗਿਆ। ਕਈ ਵਾਰ ਜੇਲ੍ਹ ਜਾਣ ਤੋਂ ਬਾਅਦ ਉਸਨੂੰ ਵਕੀਲਾਂ ਦੇ ਚੱਕਰ ਕੱਟਣੇ ਪਏ, ਫੀਸਾਂ ਮੋਟੀਆਂ ਦੇਣੀਆਂ ਪੈਂਦੀਆਂ ਸੀ, ਤਾਂ ਉਸਨੇ ਸੋਚਿਆ ਵੀ ਕਿਉਂ ਨਾ ਇਸ ਨੂੰ ਵੀ ਥੋੜ੍ਹਾ ਜਿਹਾ ਹਾਈਟੈਕ ਕੀਤਾ ਜਾਵੇ। ਤਾਂ ਉਸਨੇ ਰਾਜਸਥਾਨ ਜਾ ਕੇ
LLB ਕੀਤੀ। LLB ਦੀ ਪੜ੍ਹਾਈ ਕਰਨ ਤੋਂ ਬਾਅਦ ਇਸ ਦੇ ਨਾਲ ਉਸਨੇ ਹੈਂਡ ਰਾਈਟਿੰਗ ਦਾ ਕੋਰਸ ਕੀਤਾ। ਹੈਂਡ ਰਾਈਟਿੰਗ ਦੇ ਨਾਲ ਨਾਲ ਉਸਨੇ ਗ੍ਰਾਫੋਲੋਜੀ ਵਿੱਚ ਵੀ ਮਹਾਰਤ ਹਾਸਲ ਕੀਤੀ ਹੈ। ਹੈਂਡ ਰਾਈਟਿੰਗ 'ਚ ਕਿਸ ਤਰ੍ਹਾਂ ਪਛਾਣ ਕੀਤੀ ਜਾਂਦੀ ਆ, ਤਾਂ ਇਸ ਤਰ੍ਹਾਂ ਦੀ ਉਹਨੇ ਪੂਰੀ ਮਹਾਰਤ ਹਾਸਲ ਕਰਕੇ ਫਿਰ ਉਸੇ ਤਰ੍ਹਾਂ ਹੀ ਉਸਨੇ ਨਕਲੀ ਕਾਗਜ਼ਾਤ ਤਿਆਰ ਕਰਕੇ ਗੱਡੀਆਂ ਚੋਰੀ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਕਈ ਵਾਰ ਕੋਰਟ ਕਚਹਿਰੀਆਂ ਪੁਲਿਸ ਦੇ ਚੱਕਰ ਜਿਹੜੇ ਉਹਦੇ ਮਹੀਨੇ ਹਫ਼ਤੇ 15 ਦਿਨ ਬਾਅਦ ਲੱਗਦੇ ਰਹਿੰਦੇ ਸੀ, ਤਾਂ ਪੁਲਿਸ ਵਾਲੇ ਅਤੇ ਜੱਜ ਵੀ ਉਸ ਨੂੰ ਜਾਣਨ ਲੱਗ ਗਏ ਸੀ। ਦੱਸਿਆ ਜਾਂਦਾ ਕਿ ਇੱਕ ਵਾਰ ਦਿੱਲੀ 'ਚ ਚੋਰੀ ਕਰਦਾ ਜਦੋਂ ਫੜਿਆ ਗਿਆ ਤਾਂ ਉਹਨਾਂ ਦੋ ਪੁਲਿਸ ਕਰਮਚਾਰੀ ਕੋਰਟ ਦੇ ਵਿੱਚ ਪੇਸ਼ ਕਰਨ ਗਏ, ਤਾਂ ਜੱਜ ਵੀ ਉਸ ਦੇ ਚਿਹਰੇ ਨੂੰ ਦੇਖ ਕੇ ਵਾਰ ਵਾਰ ਕਿ ਚੋਰੀਆਂ ਨੇ ਇਸ ਤਰ੍ਹਾਂ ਵਾਰਦਾਤਾਂ 'ਚ ਆ ਰਿਹਾ, ਉਹ ਮਹੀਨੇ 'ਚ ਕਈ ਵਾਰ 3-3 4-4 ਵਾਰ ਵੀ ਉਹਨੂੰ ਪੇਸ਼ ਕਰਨਾ ਪੈਂਦਾ ਸੀ, ਤਾਂ ਉਹ ਦੁਖੀ ਹੋ ਕੇ ਗੁੱਸੇ 'ਚ ਆ ਕੇ ਜੱਜ ਨੇ ਕਿਹਾ ਤਾਂ ਕਿ ਕੋਰਟ ਰੂਮ 'ਚੋਂ ਬਾਹਰ ਚਲਿਆ ਜਾ। ਇਹ ਗੱਲ ਸੁਣ ਕੇ ਉਹ ਕੋਰਟ ਰੂਮ ਤੋਂ ਬਾਹਰ ਆ ਗਏ ਅਤੇ ਪੁਲਿਸ ਕਰਮਚਾਰੀ ਵੀ ਨਾਲ ਆ ਗਏ। ਬਾਹਰ ਆ ਕੇ ਦੋਨਾਂ ਪੁਲਿਸ ਕਰਮਚਾਰੀਆਂ ਨਾਲ ਉਸਨੇ ਚਾਹ ਪੀਤੀ ਅਤੇ ਕਿਹਾ ਕਿ ਜੱਜ ਸਾਹਿਬ ਵੀ ਦੁਖੀ ਹੋ ਗਿਆ ਅਤੇ ਉਹਨਾਂ ਨੇ ਗੁੱਸੇ 'ਚ ਆ ਕੇ ਉਹਨੂੰ ਬਾਹਰ ਜਾਣ ਲਈ ਕਿਹਾ, ਤਾਂ ਉਹਨੇ ਰਿਹਾਅ ਕਰ ਦਿੱਤਾ। ਤਾਂ ਬੈਠਾ ਬੈਠਾ ਉਹਨੇ ਪੁਲਿਸ ਕਰਮਚਾਰੀ ਨੂੰ ਕਿਹਾ ਕਿ ਉਹ ਆਉਂਦਾ ਥੋੜ੍ਹੀ ਦੇਰ ਬਾਅਦ, ਅਤੇ ਇੰਨਾ ਕਹਿੰਦੇ ਹੀ ਧਨੀ ਰਾਮ ਮਿੱਤਲ ਜੀ ਮੌਕੇ ਤੋਂ ਫਰਾਰ ਹੋ ਜਾਂਦੇ ਆ। ਅਤੇ ਜਦੋਂ ਕੋਰਟ ਰੂਮ 'ਚ ਦੁਬਾਰਾ ਧਨੀ ਰਾਮ ਮਿੱਤਲ ਨੂੰ ਆਵਾਜ਼ ਲੱਗਦੀ ਹੈ ਤਾਂ ਪੁਲਿਸ ਕਰਮਚਾਰੀਆਂ ਦੇ ਹੱਥ ਪੈਰ ਫੁੱਲ ਜਾਂਦੇ ਆ। ਤਾਂ ਉਹਨਾਂ ਨੇ ਜੱਜ ਸਾਹਿਬ ਦੇ ਅੱਗੇ ਪੇਸ਼ ਹੋ ਕੇ ਕਿਹਾ ਕਿ ਜੱਜ ਸਾਹਿਬ, ਉਸਨੇ ਤਾਂ ਇਹ ਗੱਲਬਾਤ ਕਹੀ ਹੈ ਕਿ ਜੱਜ ਨੇ ਉਹਨਾਂ ਨੇ ਰਿਹਾਅ ਕਰ ਦਿੱਤਾ ਕਿ ਉਹ ਬਾਹਰ ਚਲਿਆ ਜਾ। ਤਾਂ ਪੂਰੀ ਕਹਾਣੀ ਹੈ, ਜੱਜ ਸਾਹਿਬ ਨੂੰ ਵੀ ਸਮਝ ਆ ਗਈ, ਪਰ ਪੁਲਿਸ ਨੂੰ ਉਮੀਦ ਸੀ ਕਿ ਜ਼ਿਆਦਾ ਦਿਨ ਜਿਹੜੀ ਉਹਨਾਂ ਦੀ ਪਕੜ ਤੋਂ ਦੂਰ ਨਹੀਂ ਰਹਿਣ ਵਾਲਾ, ਅਤੇ ਫਿਰ ਉਹ ਕਦੇ ਨਾ ਕਦੇ ਉਹਨਾਂ ਦੇ ਧੱਕੇ ਚੜ੍ਹ ਜਾਣਾ। ਧਨੀ ਰਾਮ ਨੂੰ ਕਾਨੂੰਨ ਬਾਰੇ ਕੋਰਟ ਕਚਹਿਰੀਆਂ ਦੇ ਚੱਕਰ ਧੱਕੇ ਖਾਣ ਵਾ ਕਰਕੇ ਵੀ ਕਾਫੀ ਗਿਆਨ ਉਸਨੂੰ ਹੋ ਗਿਆ ਸੀ, ਅਤੇ ਕਈ ਵਾਰ ਕਿਉਂਕਿ ਉਹਨੇ ਲਾਅ ਦੀ ਡਿਗਰੀ ਵੀ ਕੀਤੀ ਹੋਈ ਸੀ, ਉਹ ਆਪਣੇ ਕੇਸਾਂ ਦੇ ਵਿੱਚ ਜਦੋਂ ਫੜਿਆ ਜਾਂਦਾ ਤਾਂ ਉਹ ਕਈ ਵਾਰ ਵਕੀਲਾਂ ਨੂੰ ਕਿਸ ਤਰ੍ਹਾਂ ਦਲੀਲਾਂ ਦੇਣੀਆਂ ਉਹਦੀ ਰਾਏ ਵੀ ਦਿੰਦਾ ਰਿਹਾ ਕਿ ਸਬੂਤ ਮਿਲੇ ਹੈ ਕਿ ਨਹੀਂ, ਇਹ ਸਾਰੀਆਂ ਗੱਲਾਂ ਬਾਤਾਂ ਉਹ ਕਰਕੇ ਕਈ ਵਾਰ ਬਚਦਾ ਵੀ ਰਿਹਾ ਹੁੰਦਾ ਰਿਹਾ। ਜੱਜ ਸਾਹਿਬ ਦੇ ਉਰੇ ਜਦੋਂ ਪੇਸ਼ ਕੀਤਾ ਜਾਂਦਾ ਤਾਂ ਉਹ ਕੋਰਟ ਦੇ ਵਿੱਚ ਜੱਜ ਸਾਹਿਬ ਤੋਂ ਆਪਣੀ ਚਾਰਜਸ਼ੀਟ ਦੀ ਵੀ ਮੰਗ ਕਰਦਾ ਅਤੇ ਉਹ ਜੇਲ੍ਹ 'ਚ ਬੈਠ ਕੇ ਪੜ੍ਹਦਾ, ਅਤੇ ਉਸ ਤੋਂ ਕਈ ਵਾਰ ਉਹ ਪੁਲਿਸ ਕਰਮਚਾਰੀਆਂ ਨੂੰ ਵੀ ਜੱਜ ਤੋਂ ਡਾਂਟ ਲਵਾ ਦਿੰਦਾ ਸੀ ਕਿ ਚਾਰਜਸ਼ੀਟ ਦੇ ਵਿੱਚ ਆਹ ਲਿਖਿਆ, ਹਕੀਕਤ ਕੁਛ ਹੋਰ ਹੈ। ਇਸ ਕਰਕੇ ਕਈ ਵਾਰ ਜਿਹੜਾ ਕੋਰਟ ਵੱਲੋਂ ਪੁਲਿਸ ਕਰਮਚਾਰੀਆਂ ਤੋਂ ਵੀ ਫਟਕਾਰ ਲਾਈ ਗਈ। ਚੋਰੀਆਂ ਦੀ ਵਾਰਦਾਤਾਂ 'ਚ 52 ਸਾਲ ਤੱਕ ਉਸਨੇ 1000 ਗੱਡੀਆਂ ਚੋਰੀ ਕੀਤੀਆਂ, 94 ਵਾਰ ਜੇਲ੍ਹ ਗਿਆ ਅਤੇ 127 ਮਾਮਲਿਆਂ 'ਚੋਂ ਬਾਂਟਡ ਰਿਹਾ। ਬੁਢਾਪੇ ਦੇ ਦੌਰਾਨ ਵੀ ਉਸਨੇ ਆਪਣੇ ਬੁਢਾਪੇ ਦਾ ਫਾਇਦਾ ਲਿਆ ਚੋਰੀ ਦੀਆਂ ਵਾਰਦਾਤਾਂ ਲਈ। ਕਈ ਵਾਰ ਤਾਂ ਉਹ ਚੋਰੀ ਦੀ ਗੱਡੀ 'ਤੇ ਹੀ ਚੋਰੀ ਕਰਨ ਜਾਂਦਾ, ਹੋਰ ਗੱਡੀ ਜਿੱਥੇ ਪਾਰਕਿੰਗ ਆਉਂਦੀ ਸੀ, ਜਿੱਥੇ ਗੱਡੀਆਂ ਖੜ੍ਹੀਆਂ ਹੁੰਦੀਆਂ ਸੀ, ਉਹ ਆਪਣੀ ਗੱਡੀ ਉੱਥੇ ਰੋਕ ਦਿੰਦਾ ਅਤੇ ਹੋਰ ਗੱਡੀ ਨੂੰ ਚੋਰੀ ਕਰਕੇ ਉੱਥੋਂ ਲੈ ਜਾਂਦਾ, ਫਿਰ ਉਹ ਵਾਪਸ ਆ ਕੇ ਆਪਣੀ ਪਹਿਲਾਂ ਦੀ ਗੱਡੀ ਨੂੰ ਵੀ ਲੈ ਜਾਂਦਾ ਸੀ। ਅਤੇ ਕਈ ਵਾਰ ਇਸ ਬੁਢਾਪੇ ਦੌਰਾਨ ਉਹ ਫੜਿਆ ਵੀ ਗਿਆ ਜਦੋਂ ਚੋਰੀ ਕਰਦਾ ਸੀ, ਤਾਂ ਜਦੋਂ ਉਹ ਚਾਬੀ ਲਾ ਕੇ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਮੌਕੇ 'ਤੇ ਫੜਿਆ ਗਿਆ, ਤਾਂ ਉਹ ਕਹਿ ਦਿੰਦਾ ਸੀ ਕਿ ਬੇਟਾ ਬੁਢਾਪੇ ਦਾ ਕਰਕੇ ਉਹਨੂੰ ਪਤਾ ਨਹੀਂ ਲੱਗਿਆ ਕਿ ਉਹ ਮੇਰੀ ਗੱਡੀ ਦੂਜੀ ਸਾਈਡ ਖੜ੍ਹੀ ਹੈ ਅਤੇ ਮੈਂ ਇਸ ਨੂੰ ਚਾਬੀ ਲਾ ਰਿਹਾ। ਤਾਂ ਉਹ ਅਕਸਰ ਲੋਕ ਕਹਿ ਦਿੰਦੇ ਸੀ, ਅੰਕਲ ਜੀ ਕੋਈ ਗੱਲ ਨਹੀਂ, ਉਮਰ ਦਾ ਕਰਕੇ ਹੋ ਜਾਂਦਾ। ਤਾਂ ਇਸ ਕਰਕੇ ਉਹ ਬਚਦਾ ਵੀ ਰਿਹਾ, ਬਹੁਤ ਵਾਰ ਜੇਲ੍ਹ ਵੀ ਗਿਆ, ਬਹੁਤ ਵਾਰ ਕੋਰਟ ਕਚਹਿਰੀਆਂ ਦੇ ਧੱਕੇ ਖਾਧੇ। ਤਾਂ ਪਰ ਉਹਦੀ ਆਦਤ ਹੈ ਜਿਹੜੀ, ਉਹ ਬੁਢਾਪੇ ਤੱਕ ਇਹ ਚੋਰੀ ਕਰਨ ਦੀ ਆਦਤ ਉਹ ਚੱਲਦੀ ਰਹੀ। 1980 ਵਿੱਚ ਜਦੋਂ ਉਹ ਇੱਕ ਵਾਰ ਕਿਸੇ ਢਾਬੇ 'ਤੇ ਬੈਠ ਕੇ ਅਖਬਾਰ ਪੜ੍ਹ ਰਿਹਾ ਸੀ, ਉਸ ਦੌਰਾਨ ਉਸਦੀ ਨਿਗਾਹ ਇੱਕ ਖਬਰ 'ਤੇ ਗਈ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਝੱਜਰ ਦੇ ਅਡੀਸ਼ਨਲ ਜੱਜ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਉਹਦਾ ਦਿਮਾਗ ਫਿਰ ਖੜਕਿਆ ਕਿ ਇੱਕ ਹੋਰ ਨਵਾਂ ਜਿਹੜਾ ਕੋਈ ਛਾਤਰ ਦਿਮਾਗ ਦੇ ਨਾਲ ਕੋਈ ਨਵੀਂ ਗੱਲਬਾਤ ਵਾਰਦਾਤ ਕੀਤੀ ਜਾਵੇ।
ਕਿੱਸਾ ਧਨੀ ਰਾਮ ਮਿੱਤਲ ਵੱਲੋਂ ਇੱਕ ਖਤ ਲਿਖਿਆ ਗਿਆ ਸੰਮਨ ਦੇ ਤੌਰ 'ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਵੱਲੋਂ ਮੋਹਰ ਲਾ ਕੇ ਸਾਈਨ ਕਰਕੇ ਭੇਜਿਆ ਗਿਆ ਝੱਜਰ ਦੇ ਅਡੀਸ਼ਨਲ ਸਿਵਲ ਜੱਜ ਨੂੰ, ਜਿਸ ਵਿੱਚ ਲਿਖਿਆ ਗਿਆ ਕਿ ਉਹਨਾਂ ਦੇ ਖਿਲਾਫ਼ ਭ੍ਰਿਸ਼ਟਾਚਾਰ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਉਹ ਕਿਸੇ ਵੀ ਮਾਮਲੇ ਦੀ ਸੁਣਵਾਈ ਨਹੀਂ ਕਰ ਸਕਦੇ, ਇਸ ਲਈ ਉਹਨਾਂ ਨੂੰ 20 ਦਿਨਾਂ ਦੀ ਛੁੱਟੀ 'ਤੇ ਭੇਜਿਆ ਜਾ ਰਿਹਾ ਹੈ। ਜ਼ਾਹਿਰ ਜੀ ਗੱਲ ਹੈ ਕਿ ਹਾਈ ਕੋਰਟ ਦੇ ਮੋਹਰ 'ਤੇ ਸਾਈਨ ਲਿਖੇ ਹੋਏ ਜਦੋਂ ਝੱਜਰ ਦੇ ਜੱਜ ਨੂੰ ਇਹ ਖਤ ਮਿਲਦਾ ਤਾਂ ਉਹ ਛੁੱਟੀ 'ਤੇ ਚਲਿਆ ਜਾਂਦਾ ਅਤੇ ਉਸ ਇੱਕ ਦੋ ਦਿਨ ਬਾਅਦ ਹੀ ਇੱਕ ਹੋਰ ਪੱਤਰ ਹੈ ਜਿਹੜਾ ਉਹ ਕੋਰਟ ਦੇ ਵਿੱਚ ਆਉਂਦਾ, ਰਜਿਸਟਰਾਰ ਦੇ ਵੱਲੋਂ ਲਿਖਿਆ ਹੋਇਆ ਪੱਤਰ, ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਜਿੰਨਾ ਟਾਈਮ ਇਹ ਜੱਜ ਛੁੱਟੀ 'ਤੇ ਰਹਿੰਦਾ ਤਾਂ ਉਸ ਦੌਰਾਨ ਇੱਕ ਹੋਰ ਨਵਾਂ ਜੱਜ ਹੈ ਜਿਹੜਾ ਉਹ ਇੱਥੇ ਸੁਣਵਾਈ ਕਰੂਗਾ। ਉਸ ਤੋਂ ਬਾਅਦ ਧਨੀ ਰਾਮ ਮਿੱਤਲ ਨਕਲੀ ਜੱਜ ਬਣ ਕੇ ਕੋਰਟ ਪਹੁੰਚਦੇ ਅਤੇ ਝੱਜਰ ਦੇ ਜੱਜ ਦੀ ਕੁਰਸੀ 'ਤੇ ਬੈਠ ਕੇ ਕੇਸ ਦੀ ਸੁਣਵਾਈ ਕਰਨ ਦਾ ਸਿਲਸਿਲਾ ਜਾਰੀ ਕਰਦਾ। 40 ਦਿਨ ਤੱਕ ਧਨੀ ਰਾਮ ਮਿੱਤਲ ਨੇ 2470 ਲੋਕਾਂ ਨੂੰ ਅਪਰਾਧੀ ਜਿਹੜੇ ਪੇਸ਼ ਕੀਤੇ ਗਏ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ। ਇਸ ਦੌਰਾਨ ਇਹ ਵੀ ਚਰਚਾ ਚੱਲਦੀ ਰਹੀ ਕਿ 40 ਦਿਨਾਂ ਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਅਪਰਾਧੀਆਂ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ, ਪਰ ਧਨੀ ਰਾਮ ਮਿੱਤਲ ਹੈ ਕਾਨੂੰਨ ਦੇ ਦਾਮ ਪੇਚ ਜਾਣਦਾ ਸੀ, ਉਹ ਇਹਨਾਂ ਵਿਵਾਦਾਂ ਤੋਂ ਬਚਦਾ ਰਿਹਾ। ਉਹਨੂੰ ਡਿਗਰੀ ਲਾਹਦੀ ਡਿਗਰੀ ਹੋਣ ਕਰਕੇ ਕਾਫੀ ਗਿਆਨ ਮਿਲ ਚੁੱਕਿਆ ਸੀ ਅਤੇ ਉਹਦਾ ਭਾਈ ਜੱਜ ਹੋਣ ਕਰਕੇ ਕਿ ਕਿਸ ਤਰ੍ਹਾਂ ਜੱਜ ਜਿਹੜੇ ਫੈਸਲੇ ਸੁਣਾਉਂਦੇ ਆ ਅਤੇ ਕਿਸ ਤਰ੍ਹਾਂ ਦੇ ਬਿਹੇਵ ਕੀਤੇ ਜਾਂਦੇ ਆ ਉਹ ਸਾਰੀ ਉਹਨੂੰ ਜਾਣਕਾਰੀ ਸੀ। ਇਸ ਕਰਕੇ ਉਸਨੇ 40 ਦਿਨਾਂ ਤੱਕ ਉਹ ਜੱਜ ਦੀ ਕੁਰਸੀ 'ਤੇ ਬੈਠ ਕੇ ਨਕਲੀ ਜੱਜ ਬਣ ਕੇ ਮਾਮਲਿਆਂ ਦੀ ਸੁਣਵਾਈ ਕਰਦਾ ਰਿਹਾ। ਕਈਆਂ ਨੂੰ ਉਸਨੇ ਰਿਹਾਅ ਕੀਤਾ, ਕਈਆਂ ਨੂੰ ਜ਼ਮਾਨਤ ਦਿੱਤੀ ਅਤੇ ਕਈਆਂ ਨੂੰ ਸਜ਼ਾ ਵੀ ਕੀਤੀ, ਜੇਲ੍ਹ ਵਿੱਚ ਵੀ ਬਚਾਇਆ। 40 ਦਿਨਾਂ ਬਾਅਦ ਜਦੋਂ ਇੱਕਦਮ ਧਨੀ ਰਾਮ ਮਿੱਤਲ ਗਾਇਬ ਹੋ ਜਾਂਦਾ ਤਾਂ ਪਤਾ ਲੱਗਦਾ ਹੈ ਕਿ ਜੱਜ ਸਾਹਿਬ ਨਹੀਂ ਆ ਰਹੇ, ਇਸ ਦੀ ਜਾਣਕਾਰੀ ਹਾਈ ਕੋਰਟ ਤੋਂ ਲਈ ਜਾਂਦੀ ਹੈ ਤਾਂ ਹਾਈ ਕੋਰਟ ਵੱਲੋਂ ਪਤਾ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਆਦੇਸ਼ ਨਹੀਂ ਦਿੱਤਾ ਗਿਆ ਸੀ ਕਿ ਜੱਜ ਛੁੱਟੀ 'ਤੇ ਚਲਾ ਜਾਵੇ ਅਤੇ ਉਸ ਦੀ ਜਗ੍ਹਾ ਕੋਈ ਹੋਰ ਜੱਜ ਹੈ ਜਿਹੜਾ ਉਹ ਸੁਣਵਾਈ ਕਰੂਗਾ। ਇਸ ਤੋਂ ਬਾਅਦ ਪੂਰੇ ਮਾਮਲੇ ਦਾ ਭਾਂਡਾ ਫੁੜਦਾ ਪਤਾ ਲੱਗਦਾ ਤਾਂ ਉਦੋਂ ਤੱਕ ਧਨੀ ਰਾਮ ਮਿੱਤਲ ਜੀ ਫਰਾਰ ਹੋ ਚੁੱਕੇ ਹੁੰਦੇ ਆ। ਕੁਛ ਸਮੇਂ ਬਾਅਦ ਧਨੀ ਰਾਮ ਮਿੱਤਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਸ ਦੌਰਾਨ ਉਸਨੇ ਦੱਸਿਆ ਕਿ ਜਿਹੜੇ ਉਹਨੇ ਰਿਹਾਅ ਕੀਤੇ ਸੀ, ਜ਼ਿਆਦਾਤਰ ਜ਼ਮਾਨਤ ਕੀਤੀ ਸੀ, ਉਹ ਛੋਟੇ ਮੋਟੇ ਮਾਮਲਿਆਂ ਦੇ ਚੋਰ ਇਸ ਤਰ੍ਹਾਂ ਦੇ ਅਪਰਾਧੀ ਸੀ ਅਤੇ ਖਾਸ ਕਰਕੇ ਕਤਲ ਦੇ ਕੇਸ ਦੇ ਮਾਮਲੇ ਅਤੇ ਰੇਪਿਸਟ ਦੇ ਮਾਮਲੇ ਦੇ ਅਪਰਾਧੀਆਂ ਨੂੰ ਉਸਨੇ ਜੇਲ੍ਹ ਵੀ ਭੇਜਿਆ। ਧਨੀ ਰਾਮ ਮਿੱਤਲ ਵੱਲੋਂ ਇਲੀਗਲ ਕੰਮ ਕੀਤਾ ਗਿਆ ਸੀ, ਨਕਲੀ ਜੱਜ ਬਣ ਕੇ ਕੇਸ ਦੀ ਸੁਣਵਾਈ ਕੀਤੀ ਗਈ, ਇਸ ਕਰਕੇ ਕੋਰਟ ਵੱਲੋਂ ਫਿਰ ਦੁਬਾਰਾ ਤੋਂ ਹੈ ਜਿਹੜੇ ਉਹ ਜ਼ਮਾਨਤ 'ਤੇ ਰਿਹਾ ਕੀਤੇ ਗਏ ਸਾਰੇ ਮੁਜਰਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੁਬਾਰਾ ਤੋਂ ਜਿਹੜੇ ਉਹ ਮਾਮਲਿਆਂ ਦੀ ਸੁਣਵਾਈ ਵੀ ਕੀਤੀ ਗਈ। ਇਹ ਮਾਮਲਾ ਉਜਾਗਰ ਹੋਣ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਸ਼ਾਤਰ ਚੋਰ ਦਾ ਕਾਫੀ ਚਰਚਾ ਜਿਹੜੀ ਉਹ ਚੱਲਦੀ ਰਹੀ। 2016 'ਚ ਜਦੋਂ ਆਖਰੀ ਵਾਰ ਧਨੀ ਰਾਮ ਮਿੱਤਲ ਨੂੰ ਚੋਰੀ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ, 3 ਗੱਡੀਆਂ ਚੋਰੀ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਸੀ, ਉਸ ਤੋਂ ਬਾਅਦ ਉਹਨੂੰ ਜੇਲ੍ਹ ਹੋ ਗਈ, ਪਰ ਉਸ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਧਨੀ ਰਾਮ ਮਿੱਤਲ ਕਿੱਥੇ ਰਹਿੰਦੇ ਹੈ, ਉਹ ਇਸ ਦੁਨੀਆ 'ਚ ਹੈ ਵੀ ਕਿ ਨਹੀਂ ਹੈ। ਜੇ ਅੱਜ ਦੇ ਟਾਈਮ 'ਚ ਉਹ ਕਿਤੇ ਇਸ ਦੁਨੀਆ 'ਚ ਹੋਊ ਤਾਂ ਉਸ ਦੀ ਉਮਰ 84 ਸਾਲ ਦੀ ਹੋ ਚੁੱਕੀ ਹੋਵੇਗੀ ਅਤੇ ਦੁਨੀਆ 'ਚ ਚੋਰੀ ਦੇ ਇਤਿਹਾਸ 'ਚ ਸਭ ਤੋਂ ਵੱਡਾ ਚੋਰ ਮੰਨਿਆ ਜਾਂਦਾ। ਕਿਹਾ ਜਾਂਦਾ ਹੈ ਕਿ ਜਦੋਂ ਇਹ ਜੱਜ ਬਣਨ ਦੀ ਘਟਨਾ ਤੋਂ ਬਾਅਦ ਉਹ ਜੇਲ੍ਹ ਜਾਂਦਾ ਰਿਹਾ ਤਾਂ ਉਸ ਦੌਰਾਨ ਬਹੁਤ ਸਾਰੇ ਛੋਟੇ ਮੋਟੇ ਚੋਰ ਅਤੇ ਅਪਰਾਧੀ ਹੈ ਜਿਹੜੇ ਉਹ ਜਾਣ ਬੁੱਝ ਕੇ ਕ੍ਰਾਈਮ ਕਰਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਜਿਹੜੀ ਜੇਲ੍ਹ ਦੇ ਵਿੱਚ ਧਨੀ ਰਾਮ ਮਿੱਤਲ ਬੰਦਾ ਤਾਂ ਉਸਨੂੰ ਮਿਲਣ ਵਾਸਤੇ, ਉਸ ਤੋਂ ਗੁਰੂ ਗਿਆਨ ਲੈਣ ਵਾਸਤੇ ਬਹੁਤ ਸਾਰੇ ਚੋਰ ਹੈ ਜਿਹੜੇ ਉਹ ਛੋਟੇ ਮੋਟੇ ਅਪਰਾਧ ਕਰਦੇ ਅਤੇ ਉਹਦੇ ਧਨੀ ਰਾਮ ਮਿੱਤਲ ਨੂੰ ਮਿਲਣ ਲਈ
ਉਸ ਜੇਲ੍ਹ ਦੇ ਵਿੱਚ ਜਾਂਦੇ ਰਹੇ। ਇਹ ਵੀਡੀਓ, ਇਹ ਕਿੱਸਾ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ। ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਬਹੁਤ ਬਹੁਤ ਧੰਨਵਾਦ।